ਅੰਗ ਸੰਗ ਸਹਾਈ ਤਾਂ ਹਰ ਵੇਲੇ ਰਹਿੰਦੇ ਆ,
ਪਰ ਫਿਰ ਸਾਨੂੰ ਪਤਾ ਚੱਲਣ ਲੱਗ ਜਾਂਦਾ ਹੈ ਕਿ ਮੇਰੇ ਅੰਗ ਸੰਗ ਸਹਾਈ ਨੇ। ਜਦੋਂ ਕੋਈ ਦੁੱਖ ਆ ਜਾਏ ਨਾ, ਫਿਰ ਕੋਈ ਪਰੇਸ਼ਾਨੀ, ਕੋਈ ਟੈਨਸ਼ਨ ਨਹੀਂ ਜੇ ਰਹਿ ਜਾਂਦੀ, ਕੋਈ ਚਿੰਤਾ ਨਹੀਂ ਜੇ ਰਹਿ ਜਾਂਦੀ, ਕਿਉਂਕਿ ਪਤਾ ਹੁੰਦਾ ਹੈ ਕਿ ਮੇਰਾ ਪਿਓ ਮੇਰੇ ਨਾਲ ਹੀ ਹੈ, ਆਪ ਹੀ ਸਾਂਭ ਲਏਗਾ। ਉੱਚ ਸਮਾਨਾ ਠਾਕੁਰ ਤੇਰੋ ਅਵਰ ਨਕਾ ਉਲਤਾਨੀ, ਐਸੋ ਅਮਰ ਮਿਲਿਓ ਭਗਤਨ ਕੋ ਰਾਤ ਰਹੇ ਰੰਗ ਗਿਆਨੀ, ਯੋ ਕਨੋਪੀ ਸੋਹਾਏ ਓ ਲੋਰਡ ਐਂਡ ਮਾਸਟਰ, no one else has any power such in the immortal lord and master, the devotees have found the spiritually wise remain absorbed in his love. oh sant janio aakde rehnde ne, he malik prabhu aap diyan darshamiyana sare shahan ton vadda hai, sare shahan paadshahan de shamiyana nalon uccha hai, ਕਿਸੇ ਹੋਰ ਨੇ ਇਤਨਾ ਉੱਚਾ ਸ਼ਾਮਿਆਨਾ ਨਹੀਂ ਤਾਣਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਤਨਾ ਵੱਡਾ, ਜਿਤਨੀ ਸੱਚਾਈ, ਸਾਰੀ ਹੀ ਸੱਚਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਇੱਕ ਅੱਖਰ ਸੱਚ ਹੈ। ਇਤਨਾ ਉੱਚਾ ਸਥਾਨ ਅੱਜ ਤੱਕ ਕਿਸੇ ਨੇ ਨਹੀਂ ਜੇ ਪਾਇਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਭ ਤੋਂ ਉੱਚੇ ਸੀ, ਸਭ ਤੋਂ ਉੱਚੇ ਹੈ, ਸਭ ਤੋਂ ਉੱਚੇ ਰਹਿਣਗੇ, ਹਮੇਸ਼ਾ ਹੀ ਰਹਿਣਗੇ। ਐਸੇ ਦਾ ਲੜ ਫੜ ਲੋ ਜਿਸਨੇ ਕਦੇ ਖਤਮ ਨਹੀਂ ਜੇ ਹੋਣਾ। ਸੰਤ ਜਨਾਂ ਨੂੰ ਇਹ ਜਿਹਾਰ ਸਦਾ ਕਾਇਮ ਰਹਿਣ ਵਾਲਾ ਹਰੀ ਮਿਲਿਆ ਰਹਿੰਦਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹਨਾਂ ਦਾ ਸਹਾਰਾ ਲਓ। ਕਈ ਲੋਕ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਗੱਲ ਨਹੀਂ ਜੇ ਕਰਦੇ, ਪਰ ਉਹ ਗਲਤ ਨੇ। ਗੁਰੂ ਗ੍ਰੰਥ ਸਾਹਿਬ ਜੀ ਗੱਲ ਕਰਦੇ ਨੇ, ਪਰ ਸਾਡੇ ਕੋਲ ਬੈਠਣ ਦਾ ਟਾਈਮ ਨਹੀਂ ਜੇ ਹੈਗਾ। ਜਦੋਂ ਮੱਥਾ ਟੇਕਣ ਜਾਂਦੇ ਹਾਂ ਗੁਰਦੁਆਰਾ ਸਾਹਿਬ, ਮੱਥਾ ਟੇਕਣ ਜਾਂਦੇ ਹਾਂ ਜਾਂ ਕੁਝ ਸਮਝਣ ਜਾਂਦੇ ਹਾਂ, ਗੱਲ ਇਹ ਹੈ ਕੁਝ ਸਮਝਣ ਜਾਂਦੇ ਹਾਂ, ਸਮਝਾਂਗੇ ਤਾਂ ਜਦੋਂ ਬੈਠਾਂਗੇ, ਬਿਨਾਂ ਬੈਠੇ ਤਾਂ ਕੁਝ ਵੀ ਨਹੀਂ ਜੇ ਸਮਝ ਆਏਗਾ। ਜਾਓ ਗੁਰਦੁਆਰਾ ਸਾਹਿਬ ਬੈਠੋ, ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾ ਕੋਈ ਸਵਾਲ ਕਰੋ, ਕੋਈ ਕੁਐਸਚਨ ਕਰੋ, ਉਹਨਾਂ ਨੂੰ ਪੁੱਛੋ ਕਿ ਮੇਰਾ ਬਿਜ਼ਨਸ ਕਿਉਂ ਨਹੀਂ ਹੈਗਾ, ਮੇਰਾ ਪੜ੍ਹਾਈ ਦੇ ਵਿੱਚ ਮਨ ਕਿਉਂ ਨਹੀਂ ਲੱਗਦਾ, ਮੇਰੀ ਨੌਕਰੀ ਦੇ ਵਿੱਚ ਤਰੱਕੀ ਕਿਉਂ ਨਹੀਂ ਹੋ ਰਹੀ, ਮੇਰੀ ਸਿਹਤ ਠੀਕ ਕਿਉਂ ਨਹੀਂ ਰਹਿੰਦੀ, ਮੇਰਾ ਪਾਠ ਦੇ ਵਿੱਚ ਮਨ ਕਿਉਂ ਨਹੀਂ ਲੱਗਦਾ। ਕੋਈ ਵੀ ਜੋ ਵੀ ਤੁਹਾਡੇ ਮਨ ਦਾ ਸਵਾਲ ਹੈ ਨਾ, ਦੁਨਿਆਵੀ ਹੋਏ ਜਾਂ ਧਾਰਮਿਕ ਹੋਏ, ਜਿਹੜਾ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਨਾ, ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਕਹੋ, ਫਿਰ ਹੁਕਮਨਾਮਾ ਲਓ, ਤੁਹਾਨੂੰ ਉਹਦਾ ਅਨਸਰ ਮਿਲ ਜਾਏਗਾ। ਇਹ ਤਾਂ ਦਿੰਦੇ ਨੇ, ਉੱਤਰ ਦਿੰਦੇ ਨੇ, ਪਰ ਕੋਈ ਲੈਂਦਾ ਨਹੀਂ ਜੇ ਹੈਗਾ। ਗੁਰੂ ਗ੍ਰੰਥ ਸਾਹਿਬ ਜੀ ਤਾਂ ਬੋਲਦੇ ਨੇ, ਅਸੀਂ ਨਹੀਂ ਸੁਣ ਪਾ ਰਹੇ। ਆਓ ਅਰਦਾਸ ਕਰੋ, ਆਪਣਾ ਕੁਐਸਚਨ ਕਰ ਦੋ ਪਾਤਸ਼ਾਹ ਜੀ ਨੂੰ, ਤੇ ਹੁਕਮਨਾਮਾ ਲਓ, ਤੇ ਮੈਂ ਦਾਅਵੇ ਨਾਲ ਤੁਹਾਨੂੰ ਕਹਿਣਾ ਕਿ ਜੋ ਤੁਸੀਂ ਪੁੱਛਿਆ ਹੋਵੇਗਾ ਨਾ, ਉਹਦਾ ਆਨਸਰ ਤੁਹਾਨੂੰ ਮਿਲ ਜਾਏਗਾ। ਰੋਗ ਸੋਗ ਦੁੱਖ ਜਰਾ ਮਰਾ ਹਰ ਜਨਹੇ ਨਹੀਂ ਨਿਕਟਾਨੀ, ਨਿਰਭਉ ਹੋਏ ਰਹੇ ਨਿਵ ਇੱਕ ਨਾਨਕ ਹਰ ਮਨ ਮਾਨੀ। ਡਿਸੀਜ਼, ਸੋਰੋ, ਪੇਨ, ਓਲਡ ਏਜ ਐਂਡ ਡੈਥ ਡੂ ਨੋਟ ਈਵਨ ਅਪਰੋਚ ਦ ਹੰਬਲ ਸਰਵੈਂਟ ਆਫ ਦ ਲੋਰਡ, ਦੇ ਰਿਮੇਨ ਫੇਅਰਲੈਸ ਇਨ ਦ ਲਵ ਆਫ ਵਨ ਗੋਲ। ਓ ਨਾਨਕ, ਦੇ ਹੈਵ ਸਰੈਂਡਰਡ ਦੇਅਰ ਮਾਈਂਡਸ ਟੂ ਦ ਲੋਰਡ। ਰੋਗ, ਚਿੰਤਾ, ਫਿਕਰ, ਬੁਢੇਪਾ, ਮੋਹ ਇਹਨਾਂ ਦੇ ਸਹਿਮ ਪਰਮਾਤਮਾ ਦੇ ਸੇਵਕਾਂ ਦੇ ਨੇੜੇ ਵੀ ਨਹੀਂ ਝੁਕਦੇ। ਉਹ ਇੱਕ ਪਰਮਾਤਮਾ ਵਿੱਚ ਹੀ ਸੁਰਗ ਜੋੜ ਕੇ ਦੁਨੀਆ ਦੇ ਡਰਾਂ ਵੱਲੋਂ ਰਹਿਤ ਰਹਿੰਦੇ ਨੇ, ਦੂਰ ਹੋ ਜਾਂਦੇ ਨੇ, ਪ੍ਰਭੂ ਦੀ ਯਾਦ ਵਿੱਚ ਰਹਿੰਦੇ ਨੇ। ਕੋਈ ਦੁੱਖ ਐਸਾ ਨਹੀਂ, ਮੈਂ ਤੁਹਾਨੂੰ ਪਹਿਲਾਂ ਵੀ ਇਹ ਬੇਨਤੀ ਕੀਤੀ, ਐਸਾ ਨਹੀਂ ਕਿ ਦੁੱਖ ਨਹੀਂ ਆਉਂਦੇ। ਸੇਵਕਾਂ ਦੇ ਦੁੱਖ ਆਉਂਦੇ ਨੇ, ਪਰ ਜਿਹੜੇ ਉਹ ਦੁੱਖ ਆਉਂਦੇ ਨੇ ਨਾ, ਉਹ ਸੇਵਕ ਨੂੰ ਦੁੱਖ ਦੁੱਖ ਨਹੀਂ ਜੇ ਲੱਗਦਾ।
ਉਸਨੂੰ ਲੱਗਦਾ ਹੈ ਕਿ ਇਹ ਕੋਈ ਦੁੱਖ ਨਹੀਂ ਜੇ ਹੈਗਾ, ਉਹ ਉਹਦੇ ਵਿੱਚ ਵੀ ਸੁੱਖ ਮਨਾਉਂਦਾ, ਦੁੱਖ ਦੇ ਵਿੱਚ ਹੀ ਸੁੱਖ ਮਨਾਉਂਦਾ। ਇਧਰੋਂ ਹੀ ਪਤਾ ਚੱਲਦਾ ਹੈ ਕਿ ਇਸਨੇ ਪਰਮਾਤਮਾ ਨੂੰ ਦਿਲ ਤੋਂ ਮੰਨ ਲਿਆ, ਪਰਮਾਤਮਾ ਨੂੰ ਆਪਣੇ ਅੰਦਰ ਵਸਾ ਲਿਆ, ਪਰਮਾਤਮਾ ਦਾ ਨਾਮ ਅੰਦਰ ਵਸ ਗਿਆ। ਇਸੇ ਕਰਕੇ ਪਾਠ ਤੇ ਸੇਵਾ ਕਰਦੇ ਹਾਂ, ਪਰ ਆਪਾਂ ਨੇ ਕਿਸੇ ਨੂੰ ਸ਼ੋ ਨਹੀਂ ਜੇ ਕਰਨਾ। ਪਾਠ ਕੀਤਾ ਤਾਂ ਕੀਤਾ, ਤੂੰ ਪਾਠ ਨਹੀਂ ਜੇ ਕੀਤਾ ਆਪਾਂ ਦੂਜਿਆਂ ਨੂੰ। ਅੱਛਾ, ਕਈ ਵਾਰ ਇਵੇਂ ਵੀ ਹੁੰਦਾ ਨਾ, ਕਈ ਬਾਬੇ ਅੱਜ ਕੱਲ ਦੇ ਮੇਰੇ ਵਰਗਾ ਇੰਕਲੂਡਿੰਗ ਮੀ ਆਲਸੋ, ਮੈਂ ਵੀ ਵਿੱਚ ਇਸ ਗੱਲ ਦੇ ਕਿ ਆਪਾਂ ਕੀ ਕਵਾਂਗੇ, ਨਾ 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 ਨਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਹੱਥ ਨਾ ਲਾਓ, ਪਾਪ ਚੜ ਜਾਏਗਾ, ਤੁਸੀਂ ਬਾਣੀ ਗਲਤ ਪੜ ਦੋਗੇ। ਪਰ ਇਹ ਸੋਚੋ ਕਿ ਕਦੇ ਨਾ ਕਦੇ ਤਾਂ ਅਸਾਂ ਨੇ ਵੀ ਬਾਣੀ ਨੂੰ ਗਲਤ ਪੜਿਆ। ਜਿਹੜੇ ਵੱਡੇ ਵੱਡੇ ਬਾਬੇ ਨੇ, ਜਿਹੜੇ ਕਹਿੰਦੇ ਨੇ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਹੀਂ ਜੇ ਕਰਨਾ ਸਾਡੇ ਤੋਂ ਕਰਾਓ, ਇਹ ਇਵੇਂ ਨਹੀਂ ਹੈ। ਤੁਸੀਂ ਸੰਥਿਆ ਲਓ, ਪਾਠ ਕਰੋ, ਜੇ ਪਾਠ ਤੁਹਾਡਾ ਗਲਤ ਹੋਇਆ ਰਿਕਾਰਡ ਕਰੋ ਆਪਣਾ ਪਾਠ, ਕਿਸੇ ਨੂੰ ਸੁਣਾਓ ਜਾਂ ਦੁਬਾਰਾ ਆਪ ਸੁਣੋ, ਫਿਰ ਟੇਪ ਸੁਣੋ, ਸੀਡੀ ਲਾ ਲਓ। ਸੀਡੀ ਲਾ ਕੇ ਅੱਜ ਕੱਲ ਮੋਬਾਈਲ ਤੇ ਯੂਟਿਊਬ ਤੇ ਦੇਖੋ ਵੀ ਤੁਸੀਂ ਪਾਠ ਸਹੀ ਕੀਤਾ ਜਾਂ ਗਲਤ ਕੀਤਾ, ਫਿਰ ਉਸ ਪਾਠ ਨੂੰ ਆਪਣੇ ਆਪ ਆਪਣੇ ਪਾਠ ਨੂੰ ਸਹੀ ਕਰੋ। ਪਾਠ ਕਰਾਂਗੇ ਤਾਂ ਹੀ ਆਏਗਾ, ਨਹੀਂ ਤਾਂ ਲੋਕ ਡਰਾਉਂਦੇ ਰਹਿ ਜਾਣਗੇ ਤੇ ਅਸੀਂ ਡਰਦੇ ਰਹਿ ਜਾਵਾਂਗੇ। ਨਿਰਭਉ ਬਣੇ, ਚੰਗੇ ਕੰਮਾਂ ਵਾਸਤੇ ਨਿਰਭਉ ਆਪਾਂ ਨੇ ਬਣਨਾ ਹੈ। ਪਾਠ ਜ਼ਰੂਰ ਕਰਨਾ, ਗੱਡੀ ਚਲਾਉਂਦੇ ਹੋਏ ਪਾਠ ਕਰ ਰਹੇ ਹੋ ਕਰੋ, ਜੁੱਤੀ ਪਾ ਕੇ, ਕਈ ਵਾਰੀ ਆਪਾਂ ਸ਼ੂਜ਼ ਪਾ ਕੇ ਆਪਾਂ ਪਾਠ ਕਰਦੇ ਹਾਂ, ਕੋਈ ਮਜਬੂਰੀ ਚ ਤਾਂ ਪਾਠ ਕਰ ਸਕਦੇ ਹਾਂ। ਸਿਰ ਨਹੀਂ ਜੇ ਢੱਕਿਆ ਆ, ਕੋਈ ਐਸੀ ਜਗ੍ਹਾ ਤੇ ਬੈਠੇ ਹੋ ਜਿੱਥੇ ਸਿਰ ਨਹੀਂ ਢੱਕ ਸਕਦੇ ਪਰ ਅੰਦਰ ਹੀ ਅੰਦਰ ਮੂਲ ਮੰਤਰ ਚੱਲ ਰਿਹਾ, ਤਾਂ ਚੱਲਣ ਦੋ, ਰੋਕਣਾ ਨਹੀਂ ਜੇ ਹੈਗਾ, ਪਾਠ ਚੱਲਣ ਦੋ ਅੰਦਰ। ਜੇ ਸ਼ੂ ਪਾਏ ਹੋਏ ਆ, ਪਾਠ ਕਰਨ ਦਾ ਮਨ ਕਰ ਗਿਆ, ਪਾਠ ਕਰੋ। ਗੱਡੀ ਚਲਾਉਂਦੇ ਹੋਏ, ਜਾਂਦੇ ਆਉਂਦੇ, ਜਿੱਧਰ ਵੀ ਹੋ ਨਾ, ਪਾਠ ਕਰ ਸਕਦੇ ਹੋ। ਪਾਠ ਨੂੰ ਆਪਣੇ ਸਲੋ ਸਲੋ ਸ਼ੁੱਧ ਕਰੋ, ਸੁਣ ਸੁਣ ਕੇ ਆਪ ਹੀ ਸ਼ੁੱਧ ਕਰੋ, ਪਰ ਕਿਸੇ ਦੇ ਡਰਾਵਿਆਂ ਦੇ ਵਿੱਚ ਨਾ ਆਓ ਕਿ ਪਾਠ ਨਹੀਂ ਜੇ ਕਰਨਾ। ਮੈਂ ਹਮੇਸ਼ਾ ਆਪਣੀਆਂ ਬੇਨਤੀ ਕਰਦਾ ਕਿ ਇੱਕ ਇੱਕ ਸਹਿਜ ਪਾਠ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਕਰ ਲਓ, ਆਪ ਕਰਵਾਉਣਾ ਨਹੀਂ ਜੇ ਹੈਗਾ ਕਿਸੇ ਨੂੰ, ਆਪ ਕਰੋ ਪਾਠ। ਜੇ ਆਪ ਕਰੋਗੇ ਨਾ ਵਿਦ ਮੀਨਿੰਗਸ, ਤੁਹਾਨੂੰ ਪਤਾ ਚੱਲੇਗਾ ਕਿ ਗਿਆਨੀ ਜਿਹੜੀ ਕਥਾ ਕਰ ਰਿਹਾ, ਜਿਹੜਾ ਕੀਰਤਨ ਕਰ ਰਿਹਾ, ਜਿਹੜੀ ਗੱਲ ਸੁਣਾ ਰਿਹਾ, ਉਹ ਸਹੀ ਹੈ ਜਾਂ ਨਹੀਂ ਹੈ। ਆਪ ਵਿਦ ਮੀਨਿੰਗ ਸਹਿਜ ਪਾਠ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।